पेंडू ऑस्ट्रेलिया फेसबुक पेज के उत्ते जुड़े हुए सारे दर्शकों नूं सत श्री अकाल जी ते जी आयां नूं हाजरां जी हर हफ्ते की तरह लैके अपना प्रोग्राम वास तों प्रवास तक। सो हर बार की तरह साडे नाल जुड़नगे नवजोत सिंह कैले मेलबर्न। दोस्तों जिवें कहा जांदा है कि सब तों औखा समां हुंदा है उड़ीक दा। उड़ीक दा समां जिंदगी दे विच जदों भी किसी ने हंडाया है उन्हूं पता कि सब तों औखा समां बीतदा है, पर उड़ीक दा समां फिर भी चंगा है क्योंकि उड़ीक दे विच किते ना किते आस जरूर हुंदी है। सो असीं दुआ करते हाँ परमात्मा आप सब दीआं आसां बनाई रखे ते जिस जिस चीज़ दी भी तुसीं आस लाई बैठे हो वो आस नूं बूर पवे ते तुसीं आप दी जो भी मन दी इच्छा है वो फल प्राप्त कर सको। पर साडा फर्ज इंसान होण दे नाते जरूर बनता है कि अपने नाल नाल जो साथों कह लो पिछे ने जां कमजोर ने उन्हां दीआं लोड़ां वल भी असीं ध्यान दिंदे होए अपने इंसान होण दा फर्ज निभाउंदे चलीए। ते जिवें असीं कुछ पाउण दी कोशिश कर रहे हैं ते असीं आस लाउने आ किसे होर ते कि उह साडी मदद करन, सो सानूं भी दूजे दी मदद जरूर करनी चाहीदी आ। इसे तरीके नाल इंसानियत जिंदा रहिंदी आ ते हर एक इंसान खुशी खुशी अपने जिंदगी दा सफर तय कर सकता है। सो आओ स्वागत करते हैं जी बाई नवजोत सिंह कैले होरां दा ते अज दी जानकारी उन्हां तों लैणे आ जी। बाई जी सत श्री अकाल ते स्वागत आ जी। सत श्री अकाल बाई जी ते पिंड आस्ट्रेलिया देखदे सारे दर्शकां नूं मेरे वल्लों बहुत बहुत प्यार। आस करदा जिथे भी होवोंगे तंदरुस्त होवोंगे खुश होवोंगे ते तुहाडी सारिआं दी चढ़दी कला दी अरदास असीं हमेशा लोचदे हां। हांजी बाई जी तुसीं ठीक ठाक हो? बहुत वधिया जी, दुआवां ने जी प्यार करन वाले दीआं तुहाडीआं सब दीआं जी। ते तुसीं दस्सो तुहाडीआं छुट्टियां किवें चल रहीआं ने ते तुहाडा मेलबर्न दा माहौल हुण किवें आ जी? पहलां नाल मेलबर्न दे विच जी अज तों अज मेरा ख्याल आ 13 सितंबर आ लॉकडाउन 28 तरीक तक इनक्रीज कीता होया, पर बहुत मूली जिहां जिहड़ियां रिस्ट्रिक्शंस ने ओह ईज ऑफ कीतियां ने अज तों। जिवें ਤੁਸੀਂ ਸ਼ਾਇਦ ਕੱਲ੍ਹ ਤੋਂ ਤੁਸੀਂ 2 ਘੰਟੇ ਐਕਸਰਸਾਈਜ਼ ਕਰ ਸਕਦੇ ਹੋ, ਜੇ ਤੁਸੀਂ ਇਕੱਲੇ ਰਹਿੰਦੇ ਹੋ ਤਾਂ 1 ਜਣੇ ਨੂੰ ਘਰ ਬੁਲਾ ਸਕਦੇ ਹੋ, ਪਰ ਅਜੇ ਸਥਿਤੀ ਕੰਟਰੋਲ 'ਚ ਆ ਕਾਫ਼ੀ। ਹੁਣ ਜਿਹੜੇ ਕੇਸ ਵੀ ਪੋਜ਼ਿਟਿਵ ਆ ਰਹੇ ਨੇ ਉਹ ਡਬਲ ਡਿਜਿਟ 'ਚ ਆ ਰਹੇ ਨੇ। ਬਾਕੀ ਤਾਂ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਇਹ ਜਿਹੜੀ ਵਿਪਤਾ ਪਈ ਹੋਈ ਆ ਇਹਦਾ ਹੱਲ ਸਰਕਾਰਾਂ ਨੂੰ ਵੀ ਨਹੀਂ ਲੱਭ ਰਿਹਾ, ਸਾਇੰਟਿਸਟ ਵੀ ਲੱਗੇ ਹੋਏ ਨੇ। ਜੋ ਹੈਗਾ ਸਬਰ ਨਾਲ ਕੰਮ ਕਰੀਏ ਤੇ ਜੇ ਪੋਜ਼ਿਟਿਵ ਰਹਿੰਦੇ ਹਾਂ ਆਪਣੀ ਇਮਿਊਨਿਟੀ ਠੀਕ ਰੱਖਦੇ ਹਾਂ ਤਾਂ ਇਹੋ ਜਿਹੀਆਂ ਜਿਹੜੀਆਂ ਮੁਸੀਬਤਾਂ ਨੇ ਉਹਨਾਂ ਨਾਲ ਬੜੇ ਸਹਿਜੇ ਹੀ ਲੜਿਆ ਜਾ ਸਕਦਾ। ਠੀਕ ਹੈ, ਬਿਲਕੁਲ ਭਾਜੀ। ਇੱਕ ਹੋਰ ਵੀ ਗੱਲ ਹੈਗੀ ਆ, ਜਿਵੇਂ ਸਾਇੰਸ ਵੀ ਇਸ ਚੀਜ਼ ਨੂੰ ਮੰਨਦੀ ਆ ਤੇ ਅਧਿਆਤਮਵਾਦ ਵੀ ਸ਼ੁਰੂ ਤੋਂ ਕਹਿ ਰਿਹਾ ਕਿ ਹਰ ਚੀਜ਼ ਦੀ ਜੜ ਹੁੰਦੀ ਉਹ ਮਨ ਦੇ ਵਿੱਚ ਬੈਠੀ ਹੁੰਦੀ ਆ। ਸੋ ਜੇ ਅਸੀਂ ਮਾਨਸਿਕ ਤੌਰ 'ਤੇ ਸਟਰੋਂਗ ਰਹੀਏ ਨਾ ਤਾਂ ਉਹ ਫਿਜ਼ੀਕਲ ਜੋ ਸਾਨੂੰ ਬਿਮਾਰੀਆਂ ਵੀ ਲੱਗਦੀਆਂ ਕਈ ਵਾਰ ਉਹਨਾਂ ਨੂੰ ਛੇਤੀ ਠੀਕ ਕਰਨ ਦੇ ਵਿੱਚ ਸਹਾਈ ਹੁੰਦੀਆਂ ਨੇ। ਸੋ ਮਨ ਨੂੰ ਆਪਣੇ ਨੂੰ ਸਹੀ ਰੱਖੋ, ਤੰਦਰੁਸਤ ਰੱਖੋ ਅਤੇ ਮਨ ਦੇ ਤੌਰ 'ਤੇ ਤੁਸੀਂ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ ਤਾਂ ਤੁਹਾਨੂੰ ਜਲਦੀ ਕੋਈ ਫਿਜ਼ੀਕਲ ਡਿਜ਼ੀਜ਼ ਵੀ ਤੁਹਾਡੇ ਨੇੜੇ ਨਹੀਂ ਆ ਸਕਦੀ। ਹਾਂਜੀ, ਕੱਲ੍ਹ ਨਾ ਬਾਈ ਜੀ ਮੈਂ ਨਾ ਆਪਣੇ ਇੱਕ ਭੈਣ ਜੀ ਨੇ ਉਹ ਆਪਣੇ ਦਰਸ਼ਕ ਹੀ ਨੇ ਉਹਨਾਂ ਨਾਲ ਗੱਲ ਕਰ ਰਿਹਾ ਸੀਗਾ, ਉਹ ਸਾਇੰਟਿਸਟ ਨੇ। ਹਾਂਜੀ, ਜਦੋਂ ਉਹਨਾਂ ਨਾਲ ਗੱਲ ਕੀਤੀ ਮਤਲਬ ਚਲੋ ਮੁਸੀਬਤਾਂ ਸਾਰਿਆਂ ਨੂੰ ਨੇ, ਉਹਨਾਂ ਨੂੰ ਵੀ ਨੇ, ਆਪਾਂ ਨੂੰ ਵੀ ਨੇ, ਬੜੀ ਚੜ੍ਹਦੀ ਕਲਾ ਵਾਲੇ ਸੱਜਣ ਸੀਗੇ ਉਹ। ਅੱਛਾ, ਕਹਿੰਦੇ ਜਦੋਂ ਪੋਜ਼ਿਟਿਵਿਟੀ ਜਾਂ ਹਾਸਾ ਆਪਾਂ ਲੈ ਕੇ ਆਉਂਦੇ ਹਾਂ ਤਾਂ 3 ਮਿੰਟ ਦੀ ਸਟ੍ਰੈਸ ਇੱਕ ਪਲ ਦੇ ਵਿੱਚ ਦੂਰ ਹੋ ਜਾਂਦੀ ਹੈ। ਮਤਲਬ ਇੱਕ ਪਲ ਜਿਹੜਾ ਸਕਿੰਟ ਦਾ ਵੀ ਕੁਛ ਹਿੱਸਾ, ਜੇ ਇਹਨੂੰ ਜੋੜ ਜੋੜ ਕੇ ਦੇਖੀਏ ਤਾਂ ਸਾਇੰਸ ਵੀ ਕਹਿੰਦੀ ਹੈ ਵੀ ਪੋਜ਼ਿਟਿਵਿਟੀ ਤੇ ਜਿਹੜਾ ਤੁਹਾਡਾ ਲਾਫਟਰ ਆ ਜਾਂ ਚੜ੍ਹਦੀ ਕਲਾ 'ਚ ਰਹਿਣਾ ਇਹ ਤੁਹਾਡੀ ਸਿਹਤ ਨੂੰ ਵੀ 9x9 ਰੱਖਦਾ। ਜਦ ਪ੍ਰੋਬਲਮ ਦਾ ਕੋਈ ਹੱਲ ਹੀ ਨਹੀਂ ਫਿਰ ਉਹਦੇ ਬਾਰੇ ਸੋਚਣ ਦਾ ਕੋਈ ਫਾਇਦਾ ਨਹੀਂ। ਹੁਣ ਬਾਹਲਾ ਸਮਾਂ ਆਪਾਂ ਖਰਾਬ ਨਾ ਕਰਦੇ ਹੋਏ ਅੱਗੇ ਵਧੀਏ। 2-3 ਜਾਣਕਾਰੀਆਂ ਨੇ ਜਿਹੜੀਆਂ ਪਿਛਲੇ ਹਫ਼ਤੇ ਦੇ ਵਿੱਚ ਮੇਰੇ ਸਾਹਮਣੇ ਆਈਆਂ, ਆਪਾਂ ਦਰਸ਼ਕਾਂ ਦੇ ਨਾਲ ਉਹ ਸਾਂਝੀਆਂ ਕਰਨੀਆਂ ਨੇ, ਖਾਸ ਕਰਕੇ ਉਹ ਸਟੂਡੈਂਟ ਜਿਹੜੇ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਪੜ੍ਹ ਰਹੇ ਨੇ। ਹਾਂਜੀ ਭਾਜੀ, ਤੁਹਾਨੂੰ ਯਾਦ ਹੋਣਾ ਪਿਛਲੇ ਹਫ਼ਤੇ ਆਪਾਂ ਇੱਕ ਪਲੈਜ਼ਰਿਜ਼ਮ ਦੀ ਗੱਲ ਕੀਤੀ ਸੀ, ਉਹ ਮੈਨੂੰ ਆਰਟੀਕਲ ਲੱਭਿਆ ਨਹੀਂ। ਆਪਾਂ ਲੱਭ ਕੇ ਮੈਂ ਮੇਰੀ ਵੀ ਨਲਾਇਕੀ ਵੀ ਕਹੂੰਗਾ, ਮੇਰੇ ਦਿਮਾਗ ਚੋਂ ਨਿਕਲ ਗਿਆ, ਆਪਾਂ ਪੋਸਟ ਨਹੀਂ ਕੀਤਾ। ਉਸ ਤੋਂ ਬਾਅਦ ਅੱਜ ਜ਼ਰੂਰ ਮੈਂ ਲੱਭ ਕੇ ਉਹ ਚੀਜ਼ ਨੂੰ ਪੋਸਟ ਕਰੂੰਗਾ। ਠੀਕ ਹੈ, ਉਹਦਾ ਰੀਜ਼ਨ ਇਹ ਸੀ ਜੀ ਦੱਸਣ ਦਾ, ਜਿਹੜੇ ਸਟੂਡੈਂਟ ਇੱਥੇ ਪੜ੍ਹ ਰਹੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਇੱਥੇ ਅਸਾਈਨਮੈਂਟ ਸਰਵਿਸਿਜ਼ ਤੁਹਾਨੂੰ
ਗਮਟਰੀ ਤੇ ਫੇਸਬੁੱਕ ਤੇ ਈਬੇ ਤੇ ਉਹ ਸਰਵਿਸਿਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਪੈਸੇ ਦੇ ਕੇ। ਹਾਂਜੀ, ਉਹਨਾਂ ਚੀਜ਼ਾਂ ਤੋਂ ਜੇ ਤੁਸੀਂ ਦੂਰੀ ਬਣਾ ਕੇ ਰੱਖੋਗੇ ਤਾਂ ਬਹੁਤ ਵਧੀਆ ਗੱਲ ਆ, ਕਿਉਂਕਿ ਉਹ ਤੁਹਾਨੂੰ ਬਾਅਦ ਵਿੱਚ ਆ ਕੇ ਬਾਈਟ ਕਰ ਸਕਦੀਆਂ ਨੇ, ਡੰਗ ਮਾਰ ਸਕਦੀਆਂ ਨੇ, ਤੁਹਾਡੀ ਕੀਤੀ ਕਢਾਈ ਪੜ੍ਹਾਈ ਤੇ ਪਾਣੀ ਫਿਰ ਸਕਦਾ। ਹੁਣ ਮੈਂ ਇੱਥੇ ਦੋ ਐਗਜ਼ਾਮਪਲਾਂ ਲਊਂਗਾ, ਜਿਹੜੀਆਂ ਐਗਜ਼ਾਮਪਲਾਂ ਮੇਰੇ ਆਪਣੇ ਵੀਰ ਭੈਣ ਨੇ ਜਿਹੜੀਆਂ ਕਿ ਮੇਰੇ ਸਰਕਲ ਦੇ ਵਿੱਚ ਹੋਈਆਂ ਨੇ। ਇੱਕ ਸਟੂਡੈਂਟ ਲਾਸਟ ਈਅਰ ਡਿਪਲੋਮਾ ਆਫ ਨਰਸਿੰਗ ਦੇ ਵਿੱਚ ਪੜ੍ਹਾਈ ਕਰ ਰਿਹਾ ਸੀ, 25 ਜਾਂ 27 ਜੋ ਵੀ ਯੂਨਿਟ ਹੁੰਦੇ ਨੇ ਉਹਦੀਆਂ ਅਸਾਈਨਮੈਂਟ ਸਬਮਿਟ ਕਰਨੀਆਂ ਹੁੰਦੀਆਂ ਨੇ। ਮੈਂ ਦਰਸ਼ਕਾਂ ਨੂੰ ਇਹ ਦੱਸ ਦਵਾਂ, ਖਾਸ ਕਰਕੇ ਮੈਡੀਕਲ ਦੀ ਪੜ੍ਹਾਈ ਹੈ ਨਾ ਜਿਹੜੀ, ਜਾਂ ਇੰਜੀਨੀਅਰਿੰਗ ਦੀ ਆ, ਐਜੂਕੇਸ਼ਨ ਪ੍ਰੋਵਾਈਡਰਸ ਦੇ ਵੀ ਆਡਿਟ ਹੁੰਦੇ ਰਹਿੰਦੇ ਆ ਟਾਈਮ ਟੂ ਟਾਈਮ। ਉਸ ਜਾਂ ਉਹ ਬਿਜ਼ੀ ਹੋਣਾ, ਮੈਂ ਸਟੂਡੈਂਟ ਦੀ ਕੋਈ ਗਲਤੀ ਨਹੀਂ ਕਹਿੰਦਾ, ਇੱਥੇ ਸਾਰੇ ਬਿਜ਼ੀ ਆ, ਸਾਨੂੰ ਆ ਕੇ ਕੰਮ ਵੀ ਕਰਨਾ ਪੈਂਦਾ, ਕਈ ਵਾਰੀ ਆਪਾਂ ਕਿਸੇ ਨੂੰ ਕਹਿ ਦਿੰਦੇ ਹਾਂ ਚੱਲ ਪੇ ਕਰਕੇ, ਜਾਂ ਕਿਸੇ ਤੋਂ ਕਾਪੀ ਕਰ ਲੈਂਦੇ ਹਾਂ ਜਿਹਨੂੰ ਸਿੱਧੇ ਲਫ਼ਜ਼ਾਂ ਚ ਪੰਜਾਬੀ ਚ ਨਕਲ ਮਾਰ। ਉਹ ਅਸਾਈਨਮੈਂਟ ਸੀ, ਮੇਰੇ ਖਿਆਲ 24 ਕਿ 25 ਅਸਾਈਨਮੈਂਟ ਸੀਗੀਆਂ, ਉਹਨੇ ਜਮ੍ਹਾਂ ਕਰਵਾ ਦਿੱਤੀਆਂ। ਉਸ ਤੋਂ ਬਾਅਦ ਟੀਚਰ ਨੇ 10-12 ਮਹੀਨੇ ਬਾਅਦ ਬੁਲਾਇਆ, ਸੱਦ ਕੇ ਕਿਹਾ ਵੀ ਤੇਰਾ ਅਕੈਡਮਿਕ ਮਿਸਕਨਡਕਟ ਆ, ਜਿਹੜੀਆਂ ਤੂੰ ਅਸਾਈਨਮੈਂਟ ਸਬਮਿਟ ਕੀਤੀਆਂ ਨੇ ਇਹ ਹੂ ਬਹੂ ਕਿਸੇ ਹੋਰ ਸਟੂਡੈਂਟ ਦੇ ਨਾਲ ਮਿਲਦੀਆਂ ਨੇ, ਹਾਂਜੀ ਤੇਰੀ ਕਨਫਰਮੇਸ਼ਨ ਆਫ ਅਨਰੋਲਮੈਂਟ ਆ ਜਿਹੜੀ ਕੈਂਸਲ ਹੋ ਸਕਦੀ ਆ ਤੇ ਅਸੀਂ ਕੰਸਿਡਰ ਕਰ ਰਹੇ ਹਾਂ ਵੀ ਕੈਂਸਲ ਕਰ। ਚਲੋ, ਉਸ ਤੋਂ ਬਾਅਦ ਉਹ ਸਟੂਡੈਂਟ ਨੇ ਉਹਦੀ ਮਜਬੂਰੀ ਦੱਸੀ, ਜਿਹੜੇ ਉਸ ਸੰਸਥਾ ਦੇ CEO ਸੀ ਉਹ ਇਨਵੋਲਵ ਹੋਏ ਤੇ ਉਹਨਾਂ ਨੇ ਤਰਸ ਦੇ ਆਧਾਰ ਤੇ ਉਹਨੂੰ ਕਹਿਤਾ ਵੀ ਆ ਅਸਾਈਨਮੈਂਟ ਦੁਬਾਰਾ ਸਬਮਿਟ ਕਰ ਦੇ। ਉਹ ਮਸਲਾ ਹੱਲ ਹੋ ਗਿਆ, ਚਲੋ ਉਹ ਸਟੂਡੈਂਟ ਅੱਜ ਸਕਿੱਲਡ ਮਾਈਗ੍ਰੈਂਟ ਵੀ ਬਣ ਗਿਆ। ਪਿਛਲੇ ਹਫ਼ਤੇ ਮੈਨੂੰ ਫੇਰ ਇੱਕ ਏਦਾਂ ਦੀ ਭੈਣ ਆ ਛੋਟੀ ਮੇਰੀ, ਉਦੋਂ ਉਲਟਾ ਹੋਇਆ ਇਨਸਾਨ, ਉਹਨੇ ਸਾਰੀਆਂ ਅਸਾਈਨਮੈਂਟਸ ਆਪ ਬਣਾਈਆਂ, ਉਹਦੀ ID ਹੈਕ ਹੋਈ। ਅੱਛਾ ਜੀ, ਕਿਸੇ ਅਸਾਈਨਮੈਂਟਸ ਪ੍ਰੋਵਾਈਡਰ ਜਿਹੜੇ ਜਾਲੀ ਕੰਮ ਕਰਦੇ ਆ ਉਹ ਅਸਾਈਨਮੈਂਟਸ ਉਸ ਪ੍ਰੋਵਾਈਡਰ ਦੀ ID ਦੇ ਉੱਪਰ ਹੂ ਬਹੂ ਛਪੀ ਹੋਈ ਸੀ, ਜਿਹੜੇ ਆਪਾਂ ਨੂੰ ਸਰਵਿਸਿਸ ਸਟੂਡੈਂਟਸ ਨੂੰ ਦਿੰਦੇ ਆ, ਅਸੀਂ ਤੁਹਾਡੀਆਂ ਅਸਾਈਨਮੈਂਟਸ ਬਣਾ ਕੇ ਦੇਵਾਂਗੇ ਪੈਸੇ ਲੈ ਕੇ, ਠੀਕ ਆ। ਉਹ ਕੁੜੀ ਬਹੁਤ ਇੰਟੈਲੀਜੈਂਟ ਆ, ਉਹਨੂੰ ਟੀਚਰ ਨੇ ਬੁਲਾਇਆ, ਟੀਚਰ ਨੇ ਕਿਹਾ ਵੀ ਮੈਂ ਤੈਨੂੰ ਸਿਰਫ ਵਾਰਨਿੰਗ ਦੇ ਰਹੀ ਹਾਂ, ਪਰ ਆਪਣਾ ਲੈਪਟਾਪ ਐਂਟੀਵਾਇਰਸ ਸਾਰਾ ਕੁਛ ਚੰਗੀ ਤਰ੍ਹਾਂ ਚੈੱਕ ਕਰ ਲਾ ਵੀ ਤੇਰੀ ਅਸਾਈਨਮੈਂਟ ਤੂੰ ਜਦੋਂ ਜਮ੍ਹਾਂ ਕਰਾਈ ਨਾ ਉਦੋਂ ਬਾਅਦ ਆਹ ਵੈਬਸਾਈਟ ਤੇ ਅਵੇਲੇਬਲ। ਦੇਖੋ, ਉਹ ਲੋਕ ਨੇ ਜਿਹੜੇ ਤੁਹਾਨੂੰ ਪੈਸੇ ਲੈ ਕੇ ਤੁਹਾਡੀਆਂ ਅਸਾਈਨਮੈਂਟਸ ਦਾ ਵਾਅਦਾ ਕਰਦੇ ਨੇ, ਤੁਸੀਂ ਉਹਨਾਂ ਨੂੰ ਪੈਸੇ ਦੇ ਦਿੰਦੇ ਹੋ, ਬਾਅਦ ਚ ਉਹੀ ਅਸਾਈਨਮੈਂਟਸ ਤੁਸੀਂ ਆਪਣੇ ਕੋਰਸ ਕੋਆਰਡੀਨੇਟਰ ਨੂੰ ਜਾਂ ਟੀਚਰ ਨੂੰ ਜਾਂ ਜੋ ਵੀ ਤੁਹਾਡਾ ਪੋਰਟਲ ਆ ਉੱਤੇ ਸਬਮਿਟ ਕਰਦੇ ਹੋ, ਇਹ 10 ਮਹੀਨੇ ਬਾਅਦ ਦੀ ਕਹਾਣੀ ਆ ਇਹ। ਤੂੰ ਪਹਿਲਾਂ ਸਬਮਿਟ ਹੋਈ ਜਦੋਂ ਆਡਿਟ ਹੋਇਆ ਹੋਣਾ, ਉਹ ਸੋਫਟਵੇਅਰ ਨੇ ਫੜ ਲਿਆ। ਇਸ ਕਰਕੇ ਮੇਰੀ ਉਹਨਾਂ ਸਾਰੇ ਵੀਰਾਂ ਭੈਣਾਂ ਨੂੰ ਇਹ ਹੱਥ ਬੰਨ ਕੇ ਬੇਨਤੀ ਆ, ਜਿਹੜਾ ਵੀ ਕੰਮ ਕਰਨਾ ਨਾ ਤੁਸੀਂ ਉਹ ਆਪਣਾ ਕਰਿਆ ਕਰੋ। ਹੁਣ ਆਸਟ੍ਰੇਲੀਆ ਦੇ ਵਿੱਚ ਇਹ ਲਾਅ ਬਣ ਜਾ ਰਿਹਾ, ਤੁਸੀਂ ਜੇ ਐਡਵਰਟਾਈਜ਼ ਕਰਦੇ ਹੋ ਕਿਸੇ ਦੀ ਅਸਾਈਨਮੈਂਟ ਸਰਵਿਸ, ਕਿਸੇ ਨੂੰ ਅਸਾਈਨਮੈਂਟ ਹੈਲਪ ਕਰਨ, ਜਾਂ ਕੋਈ ਉਹਨਾਂ ਦੇ ਪੇਪਰ ਦੇਣ ਨੂੰ ਆਨਲਾਈਨ, ਇਹ ਇਲੀਗਲ ਮੰਨਿਆ ਜਾਊਗਾ, ਇਹ ਲਾਅ ਪਾਸ ਹੋ ਜਾਣਾ। ਇਸ ਕਰਕੇ ਬਾਅਦ ਵਿੱਚ ਪਛਤਾਉਣ ਨਾਲੋਂ ਨਾਲੇ ਤਾਂ ਤੁਸੀਂ ਪੈਸੇ ਖਰਚਦੇ ਹੋ, ਨਾਲੇ ਉਹ ਤੁਹਾਨੂੰ ਕੋਰਸ ਜਿਹੜੀ ਕੁਆਲੀਫਿਕੇਸ਼ਨ ਹੈ ਤੁਹਾਡੀ ਉਹ ਤੋਂ ਵਾਂਝਾ ਕਰ ਸਕਦਾ। ਇਸ ਕਰਕੇ ਇਹਦੇ ਤੋਂ ਬਚਿਆ ਜਾਵੇ, ਇਸ ਚੀਜ਼ ਦਾ ਕੋਈ ਫਾਇਦਾ ਨਹੀਂ ਹੈਗਾ। ਤੁਹਾਡੇ 2-4 ਘੰਟੇ ਵੱਧ ਲੱਗ ਸਕਦੇ ਆ, ਇੱਕ ਤਾਂ ਤੁਸੀਂ ਆਪ ਪੜ੍ਹਾਈ ਕਰੋ, ਦੂਜਾ ਕੰਸਿਡਰ ਕਰੋ ਵੀ ਅਸੀਂ ਆਨਲਾਈਨ ਨਹੀਂ ਕੁਛ ਦੇਖਣਾ। ਹਰ ਇੱਕ ਐਜੂਕੇਸ਼ਨ ਪ੍ਰੋਵਾਈਡਰ ਦਾ ਜੋ ਤੁਸੀਂ ਅਪਲੋਡ ਕਰਦੇ ਹੋ ਨਾ ਸੋਫਟਵੇਅਰ ਆ ਮੈਚਿੰਗ ਵਾਲਾ, ਅਸਾਈਨਮੈਂਟ ਕਿੰਨੀ ਮੈਚ ਕਰਦੀ ਆ, ਠੀਕ ਆ, ਉਹ ਉਹੀ ਯੂਜ਼ ਕਰਿਆ ਕਰੋ। ਇਹ ਨਾ ਹੋਵੇ ਵੀ ਤੁਸੀਂ ਆਨਲਾਈਨ ਆਪਦੀ ਅਸਾਈਨਮੈਂਟ ਕਾਪੀ ਪੇਸਟ ਕਰ ਲਵੋ ਜਾਂ ਕਿਤੋਂ ਹੋਰ ਚੱਕ ਕੇ ਜਾਂ ਕਿਸੇ ਨੂੰ ਪੈਸੇ ਦੇ ਕੇ ਬਣਵਾ ਲਵੋ, ਉਹ ਤੁਹਾਨੂੰ ਬਾਅਦ ਵਿੱਚ ਤੰਗ ਕਰ ਸਕਦੀ ਆ। ਇਹ ਖਾਸ ਕਰਕੇ ਨਰਸਿੰਗ ਤੇ ਇੰਜੀਨੀਅਰਿੰਗ ਵਾਲੇ ਸਟੂਡੈਂਟ ਤਾਂ ਬਹੁਤ ਹੀ ਧਿਆਨ ਦੇਣ ਇਹ ਚੀਜ਼ਾਂ ਨੂੰ, ਕਿਉਂਕਿ ਐਜੂਕੇਸ਼ਨ ਪ੍ਰੋਵਾਈਡਰਸ ਦੇ ਉੱਪਰ ਵੀ ਬਾਡੀਜ਼ ਬੈਠੀਆਂ ਨੇ ਜਿਹੜੀਆਂ ਉਹਨਾਂ ਨੂੰ ਆਡਿਟ ਕਰਦੀਆਂ ਨੇ। ਫੋਰ ਐਗਜ਼ਾਮਪਲ, ਹਰੇਕ ਨਰਸਿੰਗ ਐਜੂਕੇਸ਼ਨ ਪ੍ਰੋਵਾਈਡਰ ਨੂੰ NMBA ਆਡਿਟ ਕਰਦਾ, ਨਰਸਿੰਗ ਐਂਡ ਮਿਡਵਾਈਫਰੀ ਬੋਰਡ ਆਫ ਆਸਟ੍ਰੇਲੀਆ। ਉਹ ਨਹੀਂ ਚਾਹੁੰਦੇ ਵੀ ਜਿਹੜੇ ਨਵੇਂ ਗ੍ਰੈਜੂਏਟਸ ਆ ਰਹੇ ਆ ਉਹ ਕੋਈ ਚੀਟ ਕਰਕੇ ਜਾਂ ਨਕਲ ਮਾਰ ਕੇ ਅੱਗੇ ਵਧਣ।